ਹੋ ਕਦੇ ਬੈਕਵਰਡ ਸੀ ਕਾਗਜ਼ਾਂ ਚ ਅੱਜ ਫੱਟੇ ਦਿੱਤੇ ਚੱਕ ਬੱਲੀਏ ਹੋ ਦਿੱਤਾ ਰੱਬ ਨੇ ਨਾਟ ਗਿਆਰਾਂ ਜਾ ਸਾਨੂੰ ਮੂਸੇ ਵਾਲਾ ਜੱਟ ਬੱਲੀਏ। ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਕੁਲਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਆਂ ਦੀ ਬਹੁਤ ਸਮੇਂ ਤੋਂ ਉਡੀਕ ਸੀ ਕਿ ਸਿੱਧੂ ਮੂਸੇਵਾਲਾ ਅਤੇ ਆਰਨੇ ਅਤੇ ਇਕੱਠੇ ਕੋਈ ਗਾਣਾ ਕਰਨ, ਸੋ ਸਰੋਤਿਆਂ ਦਾ ਸਾਰਾ ਇੰਤਜ਼ਾਰ ਖਤਮ ਹੋਇਆ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਿੱਧੂ ਮੂਸੇਵਾਲੇ ਦੀ ਇੱਕ ਲਾਈਵ ਵੀਡੀਓ ਵੱਲ, ਜਿਸ ਦੇ ਵਿੱਚ ਉਹਨਾਂ ਨੇ ਆਰਨੇਤ ਦੇ ਨਾਲ ਆਪਣੇ ਆ ਰਹੇ ਗਾਣੇ ਦੀ ਇਨਫੋਰਮੇਸ਼ਨ ਸ਼ੇਅਰ ਕੀਤੀ, ਨਾਲ ਹੀ ਕੁਝ ਹੋਰ ਵੀ ਖਾਸ ਗੱਲਾਂ ਕੀਤੀਆਂ। ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਆਓ ਹੁਣ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲੇ ਦੀ ਇਸ ਵੀਡੀਓ 'ਤੇ। ਨਾਲ ਹੀ ਸਿੱਧੂ ਮੂਸੇਵਾਲੇ ਅਤੇ ਆਰਨੇਤ ਦੇ ਸਾਰੇ ਫੈਨਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ। ਛੋਟੀ ਅਨਾਊਂਸਮੈਂਟ, ਫਿਰ ਰਿਆਇਤ ਲੈਣਾ ਤੁਹਾਡੇ ਤੋਂ 1500-2000, 3000, ਦਿਲ ਦਾ ਨੀ ਮਾੜਾ 5000, ਓ ਮਾਈ ਗਾਡ 6000, ਕੱਲੇ ਬਾਈ ਫੱਟੇ ਚੱਕੀਆਂ ਨੇ ਉੱਠ ਖੜੇ ਲੱਗਦੇ ਇੰਡੀਆ ਵਾਲੇ ਮੈਨੂੰ ਸਾਰੇ। ਲਵ ਯੂ ਬ੍ਰੋ, ਲਵ ਯੂ ਟੂ ਜੀ, ਲਵ ਯੂ ਟੂ, ਕਿੱਦਾਂ ਬਹੁਤ ਕੈਂਟ ਸੈਣੀ ਬੀਟਸ, ਬਹੁਤ ਵਧੀਆ ਬ੍ਰੋ, ਚੈਕਸ ਕਰੇ ਯਾਰ 7000 ਜੀ। ਵਰਲਡ ਕੱਪ ਦਾ ਬਾਈ ਆਪਾਂ ਤਾਮ ਜਾਮ ਪਤਾ ਨੀ ਹੈਗਾ, ਕੱਲ੍ਹ ਉੱਪਰ ਗੇਮ ਆਪਣੀ ਟੋਰਾਂਟੋ ਵਾਲਿਆਂ ਦੀ, ਦੇਖੋ ਕੀ ਭਾਅ ਵਿਕਦੀ ਆ। ਸਤਿ ਸ਼੍ਰੀ ਅਕਾਲ ਸਿੱਧੂ ਵੀਰੇ, ਸਤਿ ਸ਼੍ਰੀ ਅਕਾਲ ਡਾਰਲਿੰਗ, ਕਿਵੇਂ ਹੋ ਜੀ ਸਾਰੇ, ਠੀਕ ਠਾਕ ਹੋ? ਅਤੇ ਵੀਰੇ ਮੈਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪ੍ਰੋਮਿਸ ਕੀਤਾ ਸੀਗਾ, ਕੱਲ੍ਹ ਵੀ ਇੱਕ ਪੋਸਟ ਪਾਉਣਾ, ਅਤੇ ਅਗਲੇ ਗਾਣੇ ਦਾ ਪੋਸਟ ਆਪਾਂ, ਅਤੇ ਉਹ ਛੋਟਾ ਜਿਹਾ ਸਰਪ੍ਰਾਈਜ਼ ਆ, ਅਤੇ ਮੈਂ ਹੁਣੇ ਪੋਸਟ ਪਾਉਣ ਲੱਗਿਆ ਵਿਦਿਨ 10 or 15 minutes, ਅਤੇ ਚੈੱਕ ਕਰ ਲਿਓ ਜੀ ਸਾਰੇ, ਆਪਣੇ ਯੂਟਿਊਬ ਚੈਨਲ 'ਤੇ ਪਾਉਣ ਲੱਗਿਆ, ਸਾਰੇ ਸਬਸਕ੍ਰਾਈਬ ਕਰ ਲਓ ਤਾਂ ਕਰਕੇ, ਅਤੇ ਫਿਰ ਆਪਾਂ ਅਗਲੀ ਗੇਮ ਤੁਹਾਨੂੰ ਦੱਸਦੇ ਹਾਂ ਵੀ ਕੀ ਸਮਝਾਵਾਂ, ਠੀਕ ਹੈ ਜੀ। ਬਾਕੀ ਸਾਰੇ ਜਾਣੇ ਜੀ ਆਪਣੇ ਤਾਂ ਤੁਸੀਂ ਸਾਰਾ ਕੁਛ ਹੋ, ਸਾਰੇ ਤੁਸੀਂ ਪ੍ਰਮੋਸ਼ਨ ਹੋ ਸਾਰਾ ਕੁਛ, ਸੋ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ, ਨਹੀਂ ਵਧੀਆ ਲੱਗਿਆ ਤਾਂ ਛੱਡ ਦਿਓ, ਕੋਈ ਚੱਕਰ ਨਹੀਂ ਹੈਗਾ। ਪਰ ਮੈਨੂੰ ਇੰਨਾ ਕੁ ਤੁਹਾਡੇ ਮਾਣ ਆ ਵੀ ਇੰਨਾ ਕੁ ਤੁਹਾਨੂੰ ਕਰੇ ਕੋਈ ਚੀਜ਼ ਮਾੜੀ ਨਹੀਂ ਲੱਗੀ, ਪਰ ਖਿੱਚ ਲਿਓ ਕੰਮ, ਪੋਸਟਰ ਪਾਉਣ ਲੱਗਿਆ ਬਾਈ ਮੈਂ, ਅਤੇ ਬਾਕੀ ਸਾਰੇ ਆਪਣਾ ਖਿਆਲ ਰੱਖਿਓ, ਅਤੇ ਇੱਕ ਇੱਕ ਵਾਰੀ ਮੈਨੂੰ ਪੋਸਟਰ ਪਾ ਕੇ ਬਾਈ ਹੁਣ ਆਪ ਸ਼ੇਅਰ ਕਰਕੇ ਮੈਨੂੰ ਟੈਗ ਕਰ ਦਿਓ ਸਾਰੇ ਸਟੋਰੀਜ਼ ਦੇ ਵਿੱਚ, ਮੈਂ ਕੋਸ਼ਿਸ਼ ਕਰੂੰਗਾ ਸਾਰੇ ਦੀ ਸਟੋਰੀ ਪਾਵਾਂ, ਵਧੀਆ ਵਧੀਆ ਕਮੈਂਟਸ ਲਿਖ ਕੇ ਟੈਗ ਕਰਿਓ ਮੈਨੂੰ, ਮੈਂ ਕੋਸ਼ਿਸ਼ ਕਰੂੰ ਸਾਰੀਆਂ ਸਟੋਰੀਆਂ ਪੋਸਟ ਕਰਾਂ, ਅਤੇ ਬਸ ਮੈਂ ਪੋਸਟਰ ਪਾਉਣ ਲੱਗਾ ਤੁਹਾਡੇ ਹੁਣੇ 2-3 ਮਿੰਟ ਦੇ ਵਿੱਚ ਆ ਗਿਆ ਪੋਸਟਰ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਧਿਆਨ ਰੱਖਿਓ, ਆਪਣਾ ਖਿਆਲ ਰੱਖਿਓ, ਲਵ ਯੂ ਸਾਰਿਆਂ ਨੂੰ।